ਦੁਕਾਨਦਾਰਾਂ ਦੇ ਉੱਤੇ ਸ਼ਰਿਆਂ ਪੰਜਾਬ ਪੁਲਿਸ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ। ਦੱਸ ਦਈਏ ਕਿ ਦੁਕਾਨਾਂ ਬੰਦ ਕਰਵਾਉਣ ਆਏ ਪੁਲਿਸ ਮੁਲਾਜ਼ਮਾਂ ਨੇ ਦੁਕਾਨਦਾਰਾਂ ਦੇ ਡੰਡੇ ਮਾਰੇ ਨੇ। ਦੱਸ ਦਈਏ ਕਿ ਥੱਪੜਾਂ ਦੀ ਬਰਸਾਤ ਕੀਤੀ ਗਈ ਹੈ ਦੁਕਾਨਦਾਰਾਂ ਦੇ ਉੱਤੇ। ਦਰਅਸਲ ਇਹ ਸਾਰਾ ਮਾਮਲਾ ਹੈਰੀਟੇਜ ਸਟਰੀਟ ਦੇ ਵਿੱਚ ਬਣੀਆਂ ਦੁਕਾਨਾਂ ਦੇ ਉੱਤੇ ਵਾਪਰਿਆ। ਤਾਂ ਦੱਸ ਦਈਏ ਕਿ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਹੈ, ਉੱਥੇ ਜਦੋਂ ਦੁਕਾਨਾਂ ਬੰਦ ਕਰਵਾਉਣ ਦੇ ਲਈ ਪੁਲਿਸ ਪਹੁੰਚਦੀ ਹੈ ਤਾਂ ਦੁਕਾਨਦਾਰਾਂ ਦੇ ਡੰਡੇ ਮਾਰੇ ਜਾਂਦੇ ਨੇ, ਥੱਪੜ ਮਾਰੇ ਜਾਂਦੇ ਨੇ। ਤਾਂ ਇਸ ਦੌਰਾਨ CCTV ਵੀ ਸਾਹਮਣੇ ਆਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਦਬੰਗਈ ਕੀਤੀ ਜਾ ਰਹੀ ਹੈ। ਹਾਲਾਂਕਿ ਇਹਨਾਂ ਨੂੰ ਥੱਪੜ ਮਾਰਨ ਦਾ ਅਧਿਕਾਰ ਕਿਹਨਾਂ ਨੇ ਦਿੱਤਾ, ਸਭ ਤੋਂ ਵੱਡਾ ਸਵਾਲ ਖੜ੍ਹਾ ਹੁੰਦਾ। ਜਦਕਿ ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ 11 ਤੋਂ 12 ਵਜੇ ਤੱਕ ਦੁਕਾਨਾਂ ਖੁੱਲ੍ਹਣ ਦਾ ਸਮਾਂ ਹੈ ਰਾਤ ਨੂੰ। ਜਿਵੇਂ ਹੀ 11 ਵਜੇ ਤਾਂ ਉਸ ਸਮੇਂ ਪੁਲਿਸ ਮੁਲਾਜ਼ਮ ਮੌਕੇ ਦੇ ਉੱਤੇ ਪਹੁੰਚੇ ਅਤੇ ਆਉਂਦੇ ਸਾਰ ਦੁਕਾਨਾਂ ਬੰਦ ਕਰਨਾ ਤਾਂ ਦੂਰ, ਜੋ ਦੁਕਾਨਦਾਰਾਂ ਦੇ ਕਰਮਚਾਰੀ ਸੀ ਉਹਨਾਂ ਦੇ ਵੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਹਾਲਾਂਕਿ ਜਦੋਂ ਦੁਕਾਨਦਾਰਾਂ ਨੇ ਪੁੱਛਿਆ ਕਿ ਕੀ ਉਹਨਾਂ ਦੇ ਕੋਲ ਕੋਈ ਲਿਖਤੀ ਨੋਟਿਸ ਹੈ ਕਿ ਦੁਕਾਨਾਂ ਦਾ ਸਮੇਂ 11 ਵਜੇ ਤੱਕ ਹੀ ਖੁੱਲ੍ਹਣ ਦਾ, ਤਾਂ ਅਜਿਹਾ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ, ਸਿਰਫ਼ ਮੂੰਹ ਦੇ ਨਾਲ ਹੀ ਬੋਲਦੇ ਨਜ਼ਰ ਆਏ ਅਤੇ ਲਗਾਤਾਰ ਉਹਨਾਂ ਨੇ ਆਪਣੇ ਬਲ ਦਾ ਪ੍ਰਯੋਗ ਕੀਤਾ। ਤਾਂ ਤਸਵੀਰਾਂ ਇਹ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਦੁਕਾਨਦਾਰਾਂ ਦੇ ਉੱਤੇ ਸ਼ਰਿਆਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਗੁੰਡਾਗਰਦੀ ਕੀਤੀ ਹੈ, ਥੱਪੜ ਮਾਰੇ ਨੇ, ਡੰਡੇ ਮਾਰੇ ਨੇ। ਕਸੂਰ ਸਿਰਫ ਦੁਕਾਨਦਾਰਾਂ ਦਾ ਇਹੀ ਸੀ ਕਿ ਉਹ ਰਾਤ ਨੂੰ 11 ਵਜੇ ਤੱਕ ਦੁਕਾਨ ਖੋਲ੍ਹ ਕੇ ਬੈਠੇ ਸੀ, ਜਦਕਿ ਉਹਨਾਂ ਦਾ ਕਹਿਣਾ ਕਿ ਅਕਸਰ ਹੀ ਉਹ 12 ਵਜੇ ਤੱਕ ਦੁਕਾਨਾਂ ਬੰਦ ਕਰਦੇ ਨੇ। ਹਾਲਾਂਕਿ ਪ੍ਰਸ਼ਾਸਨ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਕਿ ਪ੍ਰਸ਼ਾਸਨ ਦੇ ਹੁਕਮ ਨੇ ਕਿ 11 ਵਜੇ ਦੁਕਾਨਾਂ ਬੰਦ ਕਰ ਦਿੱਤੀਆਂ ਜਾਣ, ਪਰ ਦੁਕਾਨਦਾਰਾਂ ਦਾ ਕਹਿਣਾ ਹਾਲੇ ਤੱਕ ਉਹਨਾਂ ਦੇ ਕੋਲ ਅਜਿਹਾ ਕੋਈ ਵੀ ਨੋਟਿਸ ਜਾਂ ਫਿਰ ਕੋਈ ਵੀ ਸੂਚਨਾ ਨਹੀਂ ਪਹੁੰਚੀ। ਸਿਰਫ ਪੁਲਿਸ ਮੁਲਾਜ਼ਮ ਮੂੰਹ ਦੇ ਨਾਲ ਹੀ ਕਹਿੰਦੇ ਨਜ਼ਰ ਆਏ ਅਤੇ ਨਾਲ ਦੀ ਨਾਲ ਹੀ ਉਹਨਾਂ ਨੇ ਥੱਪੜ ਮਾਰਨੇ ਦੁਕਾਨਦਾਰਾਂ ਦੇ ਸ਼ੁਰੂ ਕਰ ਦਿੱਤੇ। ਭਾਈ, ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ। ਭਾਅ ਜੀ, ਕੱਲ੍ਹ ਰਾਤ 11 ਵਜੇ ਦੇ ਕੋਲ 3 ਕਮਾਂਡੋ 1 ASI ਆਏ ਨੇ, ਉਹਨਾਂ ਨੇ ਆ ਕੇ ਨਾ ਲਾਠੀ ਬਰਸਾਣੀ ਸ਼ੁਰੂ ਕਰ ਦਿੱਤੀਆਂ। ਦੁਕਾਨ 'ਤੇ ਕਸਟਮਰ ਸੀਗਾ, ਕਸਟਮਰ ਅਟੈਂਡ ਕਰ ਰਹੇ ਸੀਗੇ, ਵਧਾਉਣ ਦਾ ਟਾਈਮ ਹੋਇਆ ਸੀਗਾ ਸਾਡਾ ਵੈਸੇ ਵੀ, ਅਤੇ ਉਹ ਆਏ ਨੇ, ਆਉਂਦਿਆਂ ਚਪੇੜਾਂ ਮਾਰਨੇ ਸ਼ੁਰੂ ਕਰਤੀਆਂ ਮੁੰਡਿਆਂ ਨੂੰ। ਤਿੰਨ ਕਮਾਂਡੋ ਸੀ 1 ASI। ਕਹਿੰਦੇ ਸੀਗੇ ਕਿ ਰਾਤੀ 12 ਵਜੇ ਦੁਕਾਨਾਂ ਨਹੀਂ ਖੁੱਲ੍ਹੀਆਂ, 12 ਵਜੇ ਤੋਂ ਬਾਅਦ ਰਾਤੀ 11 ਵਜੇ ਇਹਨਾਂ ਨੇ ਕੁੱਟਣਾ ਸ਼ੁਰੂ ਕਰਤਾ। ਹਾਂਜੀ ਹਾਂਜੀ, ਇਸ ਬਾਰੇ ਪੁਲਿਸ ਨੂੰ ਕੰਪਲੇਂਟ ਕਰਤੀ। ਹਾਂਜੀ, ਕੀ ਸਮਝਦੇ ਕਿਉਂ ਗੁੰਡਾ ਕਰਦੀ? ਪਤਾ ਨਹੀਂ ਭਾਈ, ਹੁਣ ਜੇ ਕੰਮ ਕਰਦੇ ਆ ਫਿਰ ਕੰਮ ਵੀ ਨਹੀਂ ਕਰਨ ਦਿੰਦੇ। ਕਿੰਨੇ ਬੰਦੇ ਤੇ ਹਮਲਾ ਹੋਇਆ ਜੀ? ਮਾਰਨੇ ਸ਼ੁਰੂ ਕਰਤਾ ਮੈਕਡੋਨਲਡਸ ਦੇ ਸਾਹਮਣੇ ਸਾਡੀਆਂ 4 ਦੁਕਾਨਾਂ ਨੇ, 4 ਦੁਕਾਨਾਂ ਦੇ ਉੱਤੇ ਆਣ ਕੇ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ।
ਲੱਗੇ ਹੋਏ ਆ, ਆਪਣੇ ਕੰਮ ਕਰ ਰਹੇ ਹਾਂ ਅਸੀਂ। 12 ਵਜੇ ਦਾ ਟਾਈਮ ਹੈ, 11 ਵਜੇ ਆਣ ਕੇ ਕਹਿੰਦੇ ਸਾਡਾ, ਜਦੋਂ ਅਸੀਂ ਆ ਗਏ ਹਾਂ ਉਦੋਂ ਹੀ ਮਕੀ ਤੁਹਾਡਾ ਸਾਡਾ ਕਾਨੂੰਨ ਪਾਸ ਆ ਕਿ ਤੁਸੀਂ ਬੰਦ ਕਰ ਦਿਓ ਸ਼ਟਲ। ਹੁਣ ਗਾਹਕ ਅੰਦਰ ਆਇਆ ਅਤੇ ਅਸੀਂ ਵਪਾਰੀ ਬੰਦੇ ਹਾਂ, ਬੰਦੇ ਕੰਮ ਕਰ ਰਹੇ ਆ, ਮੁੰਡੇ ਕੰਮ ਕਰਦੇ, ਉਹਨਾਂ ਨੂੰ ਸੋਟੀਆਂ ਨਾ ਮਾਰਿਆ ਅਤੇ ਸਾਰਾ ਕੁਝ ਉਹਨਾਂ ਨੇ ਕਿਹਾ ਜੀ ਹਾਂਜੀ ਅਸੀਂ ਹੱਥ ਜੋੜ ਕੇ ਅਤੇ ਆਪਣਾ ਕਿਹਾ ਵੀ ਅਸੀਂ ਕਰ ਲੈਂਦੇ ਹਾਂ ਅਤੇ ਗੁੰਡਾਗਰਦੀ ਕੀਤੀ ਗਈ ਹੈ। ਜੇ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਮਿਸ਼ਨ ਦੇ ਅੱਗੇ, ਨਹੀਂ ਤਾਂ ਅਸੀਂ ਧਰਨਾ ਲਾਵਾਂਗੇ। ਸਿੱਧੀ ਗੱਲ, ਕੰਮ ਸਾਨੂੰ ਕਰਨ ਨਹੀਂ ਦਿੰਦੇ, ਸ਼ਾਮ ਨੂੰ ਅਸੀਂ ਰੋਟੀ ਖਾਣੀ ਹੁੰਦੀ ਹੈ ਆਪਣੀ, ਕੰਮ ਅੱਗੇ ਨਹੀਂ ਗਏ ਅਤੇ ਸਾਨੂੰ ਪਰੇਸ਼ਾਨ ਕਰ ਰਹੇ ਆ ਅਤੇ ਗੁੰਡੇ ਦੇ 11 ਵਜੇ ਹਾਂਜੀ 12 ਵਜੇ ਦਾ ਟਾਈਮ ਹੈ, ਚਲੋ ਨੋਟਿਸ ਗਿਆ, ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਚੰਡੀਗੜ੍ਹ ਤੋਂ ਵੀ ਅਤੇ ਆਉਣ ਦਾ ਕੋਈ ਟਾਈਮ ਤਾਂ ਬੰਦਾ ਆਣ ਕੇ ਕਨਫਰਮ ਤਾਂ ਕਰੇ ਕੋਈ ਸਾਨੂੰ ਕਿ ਹਾਂਜੀ ਗੁੰਡਾਗਰਦੀ ਕੀਤੀ ਇਹਨਾਂ ਨੇ ਅਤੇ ਪਰ ਇਹ ਗਲਤ ਕੰਮ ਹੋਇਆ, ਬਹੁਤ ਨਜਾਇਜ਼ ਹੈ, ਮਾਰਨ ਕੁੱਟਣ ਦਾ ਉਹਨਾਂ ਦਾ ਹੱਕ ਨਹੀਂ ਹੈਗਾ, ਪਰ ਅਸੀਂ ਕੇਸ ਕਰਾਂਗੇ ਇਹਨਾਂ ਦੇ। ਸਿੱਧੀ ਗੱਲ ਦਾ ਦੁਕਾਨਦਾਰ ਹੈ, ਇਹ ਯੂਨੀਅਨ ਹੈਗੀ ਸਾਡੀ ਦੁਕਾਨਦਾਰਾਂ ਦੀ, ਇਹ ਮੈਕਡੋਨਲਡਸ ਦੇ ਸਾਹਮਣੇ ਸਾਰੀਆਂ ਦੁਕਾਨਾਂ ਦੇ ਉਹਨਾਂ ਨੇ ਕੀਤਾ, ਅਸੀਂ ਉਹਨਾਂ ਦੇ ਕੋਈ ਗੁੰਡੇ ਥੋੜ੍ਹੀ ਹੈਗੇ ਹਾਂ, ਕੋਈ ਚੋਰ ਥੋੜ੍ਹੀ ਹੈਗੇ ਹਾਂ, ਅਸੀਂ ਅਤੇ ਚਾਬੀਆਂ ਹੀ ਫੜਾ ਲੈਂਦੇ ਉਹਨਾਂ ਨੂੰ, ਸਾਨੂੰ ਕੰਮ ਕੀ ਨਹੀਂ ਕਰਨ ਦਿੰਦੇ। ਹਾਂਜੀ ਹਾਂ ਅਸੀਂ ਧਰਨਾ ਲਾਵਾਂਗੇ, ਫਿਰ ਹੋਰ ਕੀ ਹੈ, ਇਹਨਾਂ ਨੂੰ ਕਰਨਾ ਚਾਹੀਦਾ ਆਪਣਾ, ਜੋ ਵੀ ਇਹਨਾਂ ਨੇ ਕਮਾਂਡੋ ਵਾਲਿਆਂ ਨੇ ਜੋ ਵੀ ਇਹਨਾਂ ਨੇ ਕੀਤਾ ਗਲਤ ਕੀਤਾ, ਅਤੇ ਇਹਨਾਂ ਨੂੰ ਐਕਸ਼ਨ ਕਰੋ ਇਹਨਾਂ ਦੇ ਜ਼ਰੂਰ। ਬਾਕੀ ਅੱਗੇ ਕੰਮ ਕਰਦੇ ਪਏ ਹਾਂ, ਦੁਕਾਨਦਾਰ ਬੰਦੇ ਹਾਂ। ਸਰ ਬਾਜ਼ਾਰ ਦੀ ਨਾ ਇੱਕ ਕਾਮਨ ਸਮੱਸਿਆ ਸੀ, ਇਸ ਬਾਜ਼ਾਰ ਦੇ ਵਿੱਚ ਜਿਹੜੇ ਆ ਮੰਗਣ ਵਾਲੇ ਭਿਖਾਰੀ ਗੈਂਗ ਹੋਰ ਅਨਸੋਸ਼ਲ ਐਲੀਮੈਂਟਸ ਜਿਹੜੇ ਨਾ ਤੁਰੇ ਫਿਰਦੇ ਹੁੰਦੇ ਸੀ, ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਚੱਲ ਰਹੀ ਸੀ। ਹੁਣ ਕੁਛ ਦਿਨਾਂ ਤੋਂ ਵਿੱਚੋਂ ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਨੇ ਨਾ ਇਹਦੇ 'ਤੇ ਬੀੜਾ ਚੁੱਕਿਆ, ਇਹਨਾਂ ਨੂੰ ਅਨਸੋਸ਼ਲ ਐਲੀਮੈਂਟਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਉਹ 100% ਹਜੇ ਤੱਕ ਪੂਰੀ ਨਹੀਂ ਹੋਈ। ਹੁਣ ਬੜੀ ਕਾਮਨ ਸਮੱਸਿਆ ਹੈਗੀ ਹੈ ਕਿ ਜਿਸ ਤਰ੍ਹਾਂ ਦੁਕਾਨਾਂ ਹੈਗੀਆਂ, ਦੁਕਾਨਦਾਰ ਹੈਗੇ ਆ, ਇਹ ਰਾਤ ਨੂੰ 1 ਵਜੇ ਪਰਸੋਂ ਚੌਥ ਬੰਦ ਕਰਾਉਣ ਆਏ ਕਿ ਦੁਕਾਨਾਂ ਤੁਸੀਂ ਬੰਦ ਕਰ ਦਿਓ, ਫਿਰ ਉਸ ਤੋਂ ਅਗਲੇ ਦਿਨ ਜਿਹੜੇ ਆ 12 ਵਜੇ ਬੰਦ ਕਰਨ ਆਏ, ਰਾਤੀ ਇਹ 11 ਵਜੇ ਹੀ ਬੰਦ ਕਰਾਉਣ ਆ ਗਏ, ਔਰ ਇੰਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ, ਕਿਉਂਕਿ ਪੀਕ ਸੀਜ਼ਨ ਆ, ਸਮਰ ਸੀਜ਼ਨ ਕਰਕੇ ਜ਼ਿਆਦਾ ਟੂਰਿਸਟ ਇੱਥੇ ਆ ਰਿਹਾ, ਔਰ ਇਹ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਲਾਠੀਆਂ ਮਾਰੀਆਂ, ਮੁੱਕੇ ਮਾਰੇ, ਘਸੂਣ ਮਾਰੇ, ਦੁਕਾਨਾਂ ਦੇ ਅੰਦਰ ਘਸੀਟਿਆ, ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਦੇਖ ਹੀ ਲਈ ਹੋਏਗੀ। ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਹੈ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿਹਨੇ ਕੀਤਾ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੀਤਾ, ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ 'ਤੇ ਆਉਂਦੇ ਨੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤਾਂ ਸਾਨੂੰ ਦਿਖਾਓ, ਉਹਨਾਂ ਕੋਈ ਲਿਖਤੀ ਆਰਡਰ ਹੈ ਹੀ ਨਹੀਂ, ਮੂੰਹ 'ਚ ਮੰਨੀ ਆ ਸਭ ਕੁਛ, ਇਹਨੂੰ ਬੰਦ ਕਰ ਦਿਓ, ਡਾਂਗ ਫੇਰ ਦਿਓ, ਬੰਦ ਕਰ ਦਿਓ, ਬੰਦੇ ਅੰਦਰ ਕਰ ਦਿਓ, ਚੁੱਕ ਕੇ ਲੈ ਜਾਓ ਬੰਦੇ। ਸਰ ਇਹ ਕੋਈ ਤਰੀਕਾ ਨਹੀਂ ਹੈ, ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ, ਪੂਰੇ ਵਰਲਡ ਦੇ ਵਿੱਚੋਂ 3.5 ਕਰੋੜ ਜਿਹੜਾ ਟੂਰਿਸਟ ਹੈ ਅੰਮ੍ਰਿਤਸਰ ਘੁੰਮਣ ਆਉਂਦਾ, ਔਰ 3.5 ਕਰੋੜ ਟੂਰਿਸਟ ਜੋ ਅੰਮ੍ਰਿਤਸਰ ਘੁੰਮਣ ਆਉਂਦਾ ਤਾਂ ਉਹਨੂੰ ਫੈਸਿਲਿਟੀਆਂ ਵੀ ਚਾਹੀਦੀਆਂ, ਰਾਤ ਦੇ ਟਾਈਮ ਵੀ ਚਾਹੀਦਾ। ਔਰ ਚੰਡੀਗੜ੍ਹ ਤੁਸੀਂ ਦੇਖ ਲਓ, ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਨੇ, ਇੱਥੇ ਲੋੜ ਹੈ, ਇੱਥੇ ਸਾਨੂੰ ਚਾਹੀਦੀਆਂ 24 ਘੰਟੇ ਦੁਕਾਨਾਂ, ਔਰ ਉਲਟਾ ਪੁਲਿਸ ਸਾਨੂੰ ਪ੍ਰੋਟੈਕਸ਼ਨ ਦੇਵੇਗੀ ਅਸੀਂ 24 ਘੰਟੇ ਦੁਕਾਨਾਂ ਖੋਲ੍ਹਦੇ ਹਾਂ, ਔਰ ਇਹ ਸਾਨੂੰ ਡੰਡਾ ਚਾਰਜ ਕਰ ਰਹੇ, ਲਾਠੀ ਚਾਰਜ ਕਰ ਰਹੇ, ਅਸੀਂ 5-5 ਪਰਿਵਾਰ ਚਲਾ ਰਹੇ ਹਾਂ, ਕੋਈ ਸਾਡੇ ਕੋਲ 4-5 ਜਿਹੜੀ ਲੇਬਰ ਹੈਗੀ ਆ ਕੰਮ ਕਰ ਰਹੀ, ਉਹਨਾਂ ਦੇ ਪਰਿਵਾਰ ਚੱਲ ਰਹੇ, ਉਹ ਸਾਰੇ ਪਰੇਸ਼ਾਨ ਹੈ, ਉਹ ਕੱਲ੍ਹ ਨੂੰ ਕੋਈ ਇਹੋ ਜਿਹਾ ਕਦਮ ਚੁੱਕ ਲੈਣ ਫਿਰ ਸਰਕਾਰ ਕਿੱਥੇ ਜਾਏਗੀ। ਔਰ ਇਸ ਗੱਲਾਂ 'ਤੇ ਹੋਈਆਂ ਸੀ ਇੰਪਲੋਇਮੈਂਟ ਦੇਣ ਦੀਆਂ ਸਰਕਾਰ ਵੱਲੋਂ, ਇੰਪਲੋਇਮੈਂਟ ਕਿੱਥੇ ਹੈ ਤਾਂ ਇੰਪਲੋਇਮੈਂਟ ਉਜਾੜਿਆ ਜਾ ਰਿਹਾ, ਇਹ ਟੂਰਿਸਟ ਨੂੰ ਜਿਹੜਾ ਹੱਬ ਹੈਗੀ ਇਹਨੂੰ ਖਰਾਬ ਕੀਤਾ ਜਾ ਰਿਹਾ, ਪੂਰੀ ਗੁੰਡਾਗਰਦੀ ਕੀਤੀ ਗਈ ਹੈ, ਸ਼ਰੇਆਮ ਗੁੰਡਾਗਰਦੀ ਆ ਜੀ, ਸ਼ਰੇਆਮ ਗੁੰਡਾਗਰਦੀ ਆ। ਸਰ ਸਭ ਤੋਂ ਪਹਿਲਾਂ ਤਾਂ ਮੈਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਬੰਦੇ ਆ ਕੇ ਰਾਤੀ ਲਾਠੀ ਚਾਰਜ ਕਰਕੇ ਗਏ ਅਨਲਾਫੁਲ ਹੈਗਾ, ਸਭ ਤੋਂ ਪਹਿਲੇ ਉਹਨਾਂ ਦੇ ਕਾਰਵਾਈ ਕਰੋ, ਨਹੀਂ ਤਾਂ ਅਸੀਂ ਸਾਰਾ ਬਾਜ਼ਾਰ ਬੰਦ ਕਰ ਦੇਣਾ ਜੀ, ਔਰ ਅਸੀਂ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਚਾਬੀਆਂ ਤੁਹਾਨੂੰ ਦੇ ਜਾਣੀਆਂ, ਤੁਸੀਂ ਸਾਡੇ ਪਰਿਵਾਰ ਚਲਾਓ, ਤੁਸੀਂ ਸਾਡੇ ਘਰ ਚਲਾਓ, ਜਿਹੜੇ ਵਪਾਰੀਆਂ ਨਾਲ ਅਸੀਂ ਦੇਣ ਲੈਣ ਹੈਗਾ ਉਹ ਸਾਰਾ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਕਰੇਗਾ ਔਰ ਪੰਜਾਬ ਸਰਕਾਰ ਕਰੇਗੀ, ਇਹ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਏਗੀ।